हाँ जी सत श्री अकाल जी सारे नूं, अज बहुत ही एक्साइटेड हाँ। अज उत्थे पहुंचे हैं जिथे अपने दादा जी ने 10-12 साल अपनी जिंदगी दे बिताए अपने परिवार के नाल, ते अज वो वेखण दा मौका मिलिया। एक्साइटमेंट बहुत ज़्यादा है। सब तो पहला बापू जी का धन्यवाद जिन्होंने घर लभण च मेरी हेल्प की है। हाँ जी हाँ, एक बापू जी ने अपने दादा जी नूं पूरा चंगी तरह नेड़े देखिया पिंड दे विच। ते आए बापू जी दसो मैनूं मतलब अपने घर बारे ਜਿਹੜਾ ਆਪਣਾ ਘਰ ਹੁੰਦਾ ਸੀਗਾ। ਤੋ ਯਾਦ ਆ ਜੀ ਇੱਥੋਂ ਲੈ ਕੇ ਇੱਥੇ ਤੋਂ ਹੋਰ ਤਾਂ ਆ ਆ ਸਾਰਾ ਆਪਣਾ ਸੀਗਾ ਉਹਨੂੰ ਲੈ ਕੇ। ਹਾਂਜੀ ਉਹ ਕੰਧ ਦਾ ਅੱਛਾ ਆ ਕੰਧ ਦਾ ਕਿਹੜੀ ਬੰਦੀ ਪਈ ਅੱਜ ਸਿੱਟਾਂ ਜੀ ਪਈਆਂ ਨੇ। ਅੱਛਾ ਜੀ ਦੋ ਜਣੇ ਨੂੰ ਦੇ ਗਿਆ ਤਾਂ ਕੁਛ ਤੋਂ ਪੰਤਾਂ ਨੂੰ ਦੇ ਗਿਆ ਤਾਂ ਇਹ ਇੱਥੇ ਕੀ ਹੁੰਦਾ ਸੀ ਉਸ ਟਾਈਮ ਬਸ ਕਮਰੇ ਦੇ ਨੂੰ ਸਿੱਧੇ ਕਿਸੇ ਸਿੱਧੇ ਉਰੇ ਰਹੇ ਸੀ ਉਰੇ ਡੰਗਰ ਵਾਲਾ ਦੀ। ਅੱਛਾ ਇਧਰ ਡੰਗਰ ਵਾਲਾ ਸੀ ਪਿੱਛੇ ਜਿੱਥੇ ਹੁਣ ਘਰ ਬਣ ਗਿਆ। ਠੀਕ ਹੈ ਜੀ ਇਹ ਖੁੱਲ ਦੀ ਵਾ ਕੀ ਕੁਛ ਅੰਦਰ ਬੜਾ ਦੂਰ ਹੈ। अच्छा घर दूर है ऐ देख ना लोग लगे अंदर घर ही है बगल खाली अंदर बगल जा ईटा चढ़ के देखते हैं। अच्छा जी ईटा चढ़ के बना लेंगे बाबा बन के बन के। ये जेड़ा परिवार रह रहे जी कितना टाइम हो गया इन्होंने इथे रहंदे ने यही अपने तो पता यही आए सके अद्दा तो यही आए थे जी। हां जी अद्दे हो ते मिठोर ते मिठो जी। अच्छा ओ साडे तो बाद ओ आए सके। हां ताडे तो बाद ओ कितना टाइम रहे नी बाबे ने रहे होने 5-7 साल ओ 5-7 साल। अच्छा 5-7 साल बसी ना होंदे। अच्छा ठीक है ते ये अपना घर है ये अपना थां सीगा। अच्छा जी ये अपना थां सीगा जिथे हुण मकान पै गया सारा कुछ बदल गया। दिल खुश हो गया और जी ठीक है जी बस धन्यवाद जी यार पुराने दादा की याद आस देखना है ਅਸੀਂ ਗਾ ਲੈ। हां जी अंदर ही आ जा अंदर ही कोई नहीं ਹੋ ਠੀਕ ਹੋਈ ਅਜੇ ਬੰਦਾ ਤਾਂ ਆਪਾਂ ਵੜਦਾ ਨਾ ਮੁੰਡਾ ਚਮਕਾ ਵੀ ਨਹੀਂ ਆ ਚਮਕਿਆ ਉਹ ਬੁੜੀਆਂ ਨੇ ਕੋਲੇ ਸਾਡੇ ਹੈ ਜੀ ਪੂਰੇ ਡੰਗੇ ਹੁੰਦੇ ਆ ਇੱਥੋਂ। ਅੱਛਾ ਜੀ ਇੱਧਰ ਪਰਾਂ ਅਸੀਂ ਲਈ ਸੀ ਇੱਧਰ ਹੋਰ ਲਈ ਸੀ ਇੱਧਰ ਮਿੱਠੀ ਬੋਲੀ ਅੱਛਾ ਜੀ ਉਹ ਬਾਹਰ ਵਾ ਕੇ ਇਹਨੂੰ ਵੀ ਦੇਗਾ ਅੱਧੋ ਅੱਧ ਆ ਗਈ ਸੀ ਤੁਹਾਨੂੰ ਹਾਂ ਦੋ ਅੱਧ ਕਰਨੀ ਸੀ ਅਸੀਂ। ਅੱਛਾ ਜੀ ਚਲੋ ਉਹ ਵੇਚ ਕੇ ਬਾਹਰ ਵਾ ਕੇ ਉਹ ਸਾਨੂੰ ਦੇ ਗਿਆ। ਅੱਛਾ ਜੀ ਜੋ ਵਧੀਆ ਤਰੀ ਜਿਹੜਾ ਬਸ ਇੱਦਾਂ ਹੀ ਚੱਲਦਾ ਰਿਹਾ ਜੀ ਮੈਨੂੰ ਤਾਂ ਘੱਟ ਹੀ ਉਹਨਾਂ ਦਾ ਟਾਈਮ ਵੇਖਣ ਨੂੰ ਮਿਲਿਆ। ਹਾਂ ਜੀ ਹਾਂ 18-20 ਸਾਲ ਦਾ ਹੈਗਾ ਸੀਗਾ ਪਰ ਉਦੋਂ ਨਿਆਣ ਮੱਤ 'ਚ ਸੀਗੇ। ਹਾਂ ਜੀ ਹਾਂ ਹਾਂ ਜੀ ਹਾਂ 10 ਸਾਲ ਹੋ ਗਏ 11 ਸਾਲ ਹਾਂ ਨਹੀਂ ਉਹਨਾਂ ਨੂੰ ਪੂਰਾ ਹੋਇਆ ਨੂੰ ਜੀ ਦਾਦਾ ਜੀ ਪੂਰੇ ਹੋ ਗਏ ਸੀ ਨਾ 10-11 ਸਾਲ ਹੋ ਗਏ। ਠੀਕ ਹੈ ਬਸ ਧੰਨਵਾਦ ਜੀ ਬਸ ਕੋਈ ਗੱਲ ਨਹੀਂ। ਹਾਂ ਜੀ ਹਾਂ ਦੇਖਣ ਨੂੰ ਮਿਲਦਾ ਹੀ ਨਹੀਂ ਪਿਆ। ਹਾਂਜੀ ਉਹ ਕਰੀ ਵਾਲੀ ਜਗ੍ਹਾ ਨਹੀਂ ਜਿਹੜੀ ਚੁਰੀ ਸੀ। ਹਾਂਜੀ ਇੰਨੀ ਉਹ ਸੀ ਬਸ। ਅੱਛਾ ਸਿੱਧੇ ਸਿੱਧੇ ਇੱਧਰ ਬਣੀ ਹੁੰਦੇ। ਅੱਛਾ ਆ ਦੇਖੋ ਦੇਖੋ ਹਜੇ ਵੀ ਡਿਜ਼ਾਈਨ ਜਿਹੇ ਬਣੇ ਹੋਏ ਨੇ ਨਾ ਉਹ ਡਿਜ਼ਾਈਨ ਜਿਹੇ ਅਜੇ ਹੀ ਪਏ ਉਸ ਤਰ੍ਹਾਂ। ਹਾਂ ਔਰ ਡਿਜ਼ਾਈਨ ਹਜੇ ਵੀ ਬਣੇ ਹੋਏ ਨੇ ਘਰ ਦੇ। ਇੱਥੇ ਕੀ ਹੁੰਦਾ ਸੀਗਾ ਜੀ ਇਹ ਬਾਣੀਆਂ ਦਾ ਮਕਾਨ ਸੀ। ਅੱਛਾ ਅੱਛਾ ਇਹ ਆਪਣੀ ਥਾਂ ਨਹੀਂ ਸੀਗੀ ਹੈ ਨਾ ਨਾ ਇੰਨੀ ਨਹੀਂ ਥੋੜੀ ਜਿਹੀ ਗੱਲੀ ਗੱਲੀ ਰੱਖ ਦੇ ਬਹੁਤ ਪੀਣੀ ਗੱਲੀ ਰੱਖ ਦੇ ਇੱਧਰ ਲਾ ਲੈ ਦੇ ਇੱਧਰ ਤੁਸੀਂ ਇੱਧਰ ਪੜ ਦੇ। ਅੱਛਾ ਜੀ ਪੰਡਤਾਂ ਦੀ ਇੰਨੀ ਗਦਾ ਇੰਨੀ ਗਦਾ ਦਾ ਇੰਨੀ ਗਦਾ ਪੰਡਤਾਂ ਹਾਂ ਇਹ ਸਾਰੀ ਇੰਨੀ ਗਦਾ ਉਹ ਪੀੜੀ ਗੱਲੀ ਇੱਧਰ ਤੁਹਾਡਾ ਦੀ। ਠੀਕ ਹੈ ਜੀ ਪਹਿਲਾਂ ਤਾਂ ਜਣੇ ਕੋ ਜਿਹੜੀ ਪੀੜੀ ਗੱਲੀ ਹੈ ਇਹ ਆਪਣਾ ਥਾਂ ਡੰਗਰਾਂ ਦਾ ਸੀਗਾ ਤੇ ਇੱਧਰ ਸਾਡੇ ਮਕਾਨ ਹੁੰਦੇ ਸੀਗੇ ਜਿੰਨਾ ਪਰਸੋਂ ਮੋਦੀ ਤੋਂ ਨਹੀਂ ਅੱਜ ਗੱਟੇ ਲੱਗੇ ਇਸ ਤੋਂ ਠੀਕ ਹੈ ਜੀ ਬੁੜਾ ਲੰਬਾ ਜਿਹਾ ਗਾਇਨ ਵਧੀਆ ਸੋਹਣਾ ਸੀ। ਅੱਛਾ ਜੀ ਪ੍ਰੀਤਮ ਸਿੰਘ ਤਾਇਆ ਸੀ ਸਾਡਾ। ਹਾਂ ਜੀ ਹਾਂ ਅਸੀਂ ਤੁਹਾਡੇ ਤੋਂ ਵੱਡੇ ਸੀ ਬਾਬਾ ਹੈ। ਠੀਕ ਹੈ ਜੀ ਬਹੁਤ ਖੁਸ਼ੀ ਹੋਈ ਤੁਹਾਨੂੰ ਮਿਲ ਕੇ। ਹਾਂ ਜੀ ਹਾਂ ਆਪਕੀ ਪੁਰਾਣੀ ਯਾਦ ਦੇਖਣਾ ਹੈ ਬੰਦਾ ਵਧੀਆ ਹੋਇਆ। ਹਾਂ ਜੀ ਹਾਂ ਦਾਦਾ ਤੋਂ ਭੱਜ ਕੇ ਮਿਲਦਾ ਬਹੁਤ ਚੰਗਾ ਤਾਇਆ। ਅੱਛਾ ਜੀ ਬਾਬਾ ਬਣ ਬਣ ਜਿਹਾ ਮੈਨੂੰ ਤੁਹਾਡੇ ਕੋਲ ਤਾਂ ਜਿਵੇਂ ਇੱਥੇ ਤੁਹਾਡੇ ਨਾਲ ਪੂਰੀ ਲਿਆਜ ਹੋਣੀ ਹੈ ਨਾ ਜਿਵੇਂ ਸਾਰਾ ਪਿੰਡ ਨਾਲ ਲਿਆ ਸਾਰੇ ਨਾਲ ਲਿਆ ਦਿੱਤੀ ਉਸ ਕੀ ਤੋਂ। ਅੱਛਾ ਜੀ ਪਰੰਦਰ ਮਿਲ ਜਾਂਦਾ ਸੁਨਾਮ ਸੁਨੂਮ ਜਾਂਦਾ ਕਿਤੇ ਵੀ। ਹਾਂ ਜੀ ਹਾਂ ਬਹੁਤ ਭੱਜ ਕੇ ਮਿਲਿਆ। ਹਾਂ ਜੀ ਹਾਂ ਇੱਕ ਬਾਰੋ ਬਾਰੋ ਘਰ ਜਿਹੜਾ ਡਰਾਈਵਰ ਸੀਗੇ ਜਿਹੜੇ ਉਹ ਉਧਰ ਬਾਰੋ। ਅੱਛਾ ਜੀ ਕੀ ਗੱਲ ਨਾ ਮੈਂ ਕਿਹਾ ਉਹਨਾਂ ਨਾਲ ਵੀ ਕਾਫੀ ਜਾਣ ਆਉਣ ਜਾਣ ਸੀਗਾ ਉਧਰ ਬਾਰੋ ਬਾਰ ਘਰ ਸੀਗਾ ਜਿਹੜਾ ਕਰਨਾ ਸਕੂਲ ਦੀ ਜਿਹੜੀ ਵੈਨ ਵਿੱਚ ਲੰਦੇ ਰਹੇ ਨੇ।
मतलब के तुहानू 1960 च आए सी फिर इत्थे ही इन्ना नहीं याद है अच्छा जी 60 साल मंगो के तुहानू बाबे को थान लिया मैं मतलब 60 साल का ही था हाँ 60 साल की उम्र हो रही है ज्यादा उम्र नहीं सी ज्यादा उम्र नहीं सी मैं